सकता जानियां पछानियां। हाँ जी आप की करना है? हेलो ये तो काम वधिया वा कहते डेकोरेशन बहुत सोहनिया कर दी मैं सुनिया ही मैं तुम्हें पहला देखे कि गटर साफ करते गाइस असि हो गए रेडी आप हो गए रेडी तो इधर सारे रेडी हो रहे हैं जिजू बलजिंदर रेडी हो गया रेडी ओके चलो मैं भी रेडी हो गई जेवी साडा रेडी हो गया जी मैं चला नीचे नीचे डेकोरेशन बाबा जी दी जगह ते डेक बाबा जी आने हैं ते ए डेकोरेशन साढ़े वालों हाँ जी वीडियो जरूरी है चलो फिर गुरुद्वारा लेट हो ना अपन वेट कर रहे हैं अपन जेवी दादा दम करियो जेवी हेलो मेरी बच्ची देख ले दिखा तो बाबा जी आए वाहेगुरु कर दो सतगुर आवण गे तेरा आवण गे कर मेरे जी मैं सत के जावा उस दे दे जी मैं सदके जावा उस वेले सतगुर आवण तेरा पावन कर मेरे
कैमरा सेकंड कैमरामैन कैमरामैन बलजिंदर के साथ हम रिकॉर्डिंग भगवान
ਸਹਿਬ ਤੇਰੇ ਸੁਖ ਪਾਇਆ ਸਦਾ ਨਾਨ ਕੀ ਅਰਦਾਸ ਦਿਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਾਨ ਜੀ ਸਹਾਈ ਭਗਵਾਨ ਜੀ ਕੀ ਭਗਵਤੀ ਸਿਮਰ ਪੈ ਗੁਰੂ ਨਾਨਕ ਨੇ ਦਿਹਾੜੀ ਫਿਰ ਸੰਗਤ ਗੁਰ ਜੀ ਅਮਰਦਾਸ ਰਾਮ ਦਾਸ ਸਹਾਈ ਸਤਿਗੁਰ ਤੇ ਬੁਧ ਪਾਏ ਦਇਆ ਮਇਆ ਕਿਰਪਾ ਠਾਕੁਰ ਕੀ ਸ੍ਰੀ ਸੰਤ ਸੁਭਾਈ ਤਿਨ ਸੰਗ ਨਾਨਕ ਲਿਸ ਕਰੀ ਆਏ ਜਿਨ ਰਸ ਰਸ ਹਰ ਗੁਣ ਗਾਏ ਦਇਆ ਮਇਆ ਕਿਰਪਾ ਠਾਕੁਰ ਕੀ ਸ੍ਰੀ ਸੰਤ ਸੁਭਾਈ। ਅੱਜ ਦਾ ਜੋ ਸਮਾਗਮ ਸਰਦਾਰ ਅਮਰੀਕ ਸਿੰਘ ਜੀ ਅਤੇ ਬੀਬੀ ਹਰਵਿੰਦਰ ਕੌਰ ਜਿਨ੍ਹਾਂ ਨੂੰ ਅਸੀਂ ਬੜੇ ਪਿਆਰ ਨਾਲ ਮਿਸਤਰਾ ਦੀ ਆਂਟੀ ਕਹਿ ਕੇ ਬੁਲਾਉਂਦੇ ਹਾਂ, ਉਹਨਾਂ ਦੇ ਗ੍ਰਹਿ ਵਿਖੇ ਜੋ ਅੱਜ ਉਹਨਾਂ ਦੇ ਦੂਧਰੇ ਦੇ ਜਨਮ ਤੋਂ ਬਾਅਦ ਦੀ ਆਮਦ ਦੀ ਖੁਸ਼ੀ ਵਿੱਚ ਇਹ ਸਮਾਗਮ ਜੋ ਕਰਵਾਇਆ ਗਿਆ, ਬੜਾ ਹੀ ਗੁਰਮੁਖ ਪਰਿਵਾਰ ਹੈ ਜਿਨ੍ਹਾਂ ਨੇ ਦਸ ਲਗਭਗ ਵੀਹ ਪੱਚੀ ਸਾਲ ਹੋ ਗਏ ਦੇਖਦੇ ਜਦੋਂ ਮਹਾਰਾਜ ਨੇ ਕੋਈ ਖੁਸ਼ੀ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਆਂਟੀ ਵੱਲੋਂ ਪਹਿਲੇ ਸ਼ੁਕਰਾਨੇ ਵਜੋਂ ਸਮਾਗਮ ਕਰਵਾਏ ਜਾਂਦੇ ਨੇ। ਸੋ ਅੱਜ ਦਾ ਵੀ ਇਹ ਸਮਾਗਮ ਪਰਿਵਾਰ ਵੱਲੋਂ ਆਪਣੇ ਦੋਹਤੇ ਕਾਕਾ ਜੋਰਾਵਰ ਸਿੰਘ ਦੀ ਜਨਮ ਤੋਂ ਬਾਅਦ ਦੀ ਆਮਦ ਦੀ ਖੁਸ਼ੀ ਵਿੱਚ ਕਰਵਾਇਆ ਜਾ ਰਿਹਾ ਹੈ। ਸੋ ਸਭ ਤੋਂ ਪਹਿਲੇ ਪਰਿਵਾਰ ਵੱਲੋਂ ਜਿਹੜੇ ਬੱਚੇ ਬਹੁਤ ਸੋਹਣੀ ਰੈਸਪੀ ਦੀ ਆਵਾਜ਼ ਦੇ ਵਿੱਚ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ। ਸੋ ਮੈਂ ਬਾਬਾ ਜੀ ਨੂੰ ਵੀ ਬੇਨਤੀ ਕਰਾਂ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਇਹ ਸਮਾਗਮ ਅੱਜ ਪਰਿਵਾਰ ਵੱਲੋਂ ਕਰਵਾਏ ਗਏ ਨੇ, ਬਾਬਾ ਜੀ ਨਵਜੋਤ ਸਿੰਘ ਜੀ ਅਤੇ ਸੰਦੀਪ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਨੂੰ ਨਿਵਾਜਨ ਜੀ, ਮੈਂ ਬਾਬਾ ਜੀ ਨੂੰ ਨਵਜੋਤ ਸਿੰਘ ਅਤੇ ਸੰਦੀਪ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੋਪਾ ਨਾਲ ਨਿਵਾਜਣਗੇ, ਨਾਲ ਹੀ ਕਾਕਾ ਜੋਰਾਵਰ ਸਿੰਘ ਜਿਨ੍ਹਾਂ ਦੇ ਜੋ ਅੱਜ ਨਾਨੀ ਦੇ ਘਰ ਆਉਣ ਦੀ ਆਮਦ ਦੀ ਖੁਸ਼ੀ ਵਿੱਚ ਇਹ ਸਮਾਗਮ ਕਰਵਾਇਆ ਗਿਆ। ਮਹਾਰਾਜ ਮਿਹਰ ਕਰੇ ਇਸੇ ਤਰ੍ਹਾਂ ਹੀ ਪਰਿਵਾਰ ਨੂੰ ਖੁਸ਼ੀਆਂ ਖੇੜੇ ਬਖਸ਼ਦੇ ਰਹਿਣ, ਗੁਰਸਿੱਖੀ ਜੀਵਨ ਕਾਕੇ ਨੂੰ ਬਖਸ਼ਣ, ਨਾਮ ਦੀ ਦਾਤ ਬਖਸ਼ਣ। ਕਾਕਾ ਵੀ ਇਸੇ ਤਰ੍ਹਾਂ ਆਪਣੀ ਮੰਮੀ ਵਾਂਗਰ ਸਾਡੀ ਪ੍ਰਭਾਤ ਦੀਆਂ ਚਾਦਰੀ ਭਰੇ, ਸਾਡੇ ਨਾਲ ਕੀਰਤਨ ਕਰੇ। ਅਸੀਂ ਤੇ ਸੰਦੀਪ ਦੇ ਸਹੁਰੇ ਪਰਿਵਾਰ ਨੂੰ ਵੀ ਬੇਨਤੀ ਕਰਾਂਗੇ ਵੀ ਜਦੋਂ ਵੀ ਗੁਰਪੁਰਬ ਹੁੰਦਾ ਵੀਹ ਦਿਨਾਂ ਦੀ ਲਗਾਤਾਰ ਤਕਰੀਬਨ ਸਾਡੀਆਂ ਪ੍ਰਭਾਤ ਵੀ ਆਉਂਦੀਆਂ ਨੇ, ਇਸ ਬੱਚੀ ਨੂੰ ਜ਼ਰੂਰ ਤੁਸੀਂ ਲਗਭਗ ਉਹਨਾਂ ਦਿਨਾਂ ਦੀਆਂ ਛੁੱਟੀਆਂ ਸਾਨੂੰ ਜ਼ਰੂਰ ਦੇਣੀਆਂ ਕੁੜੀ ਨੂੰ, ਤਾਂ ਜੋ ਇਹ ਸੰਗਤ ਦੇ ਵਿੱਚ ਹਾਜ਼ਰੀ ਭਰ ਸਕੇ। ਇਸੇ ਤਰ੍ਹਾਂ ਹੀ ਇਹ ਰੌਣਕਾਂ ਲੱਗੀਆਂ ਨੇ। ਸੋ ਮਹਾਰਾਜ ਇਸੇ ਤਰ੍ਹਾਂ ਇਸ ਪਰਿਵਾਰ ਨੂੰ ਖੁਸ਼ੀਆਂ ਖੇੜੇ ਬਖਸ਼ਣ। ਸੋ ਪਰਿਵਾਰ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਸਮੂਹ ਸੰਗਤ ਨੇ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਹੁਣ ਮਹਾਰਾਜ ਦੇ ਸੁਖਾਸਨ ਸਾਹਿਬ ਦੀ ਸੇਵਾ ਹੋਵੇਗੀ, ਮਹਾਰਾਜ ਦੇ ਸਰੂਪ ਉਹਨਾਂ ਦੇ ਨਿੱਜੀ ਸਥਾਨ ਤੇ ਲਿਜਾਏ ਜਾਣਗੇ, ਉਪਰੰਤ ਸਮੂਹ ਸੰਗਤ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
ਸਭ ਥਾਈ ਹੈ ਸੁਹਾਈ ਦਸੋ ਪਾਤਸ਼ਾਹੀਆਂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ। जीजू जीजू पत्थर टूटूगा मैं क्या जी ਬਾਦਾਂ ਦੇ
ਕੋਈ ਨਹੀਂ ਅੱਜ ਮਾਦਰ ਗਈ ਅੱਛਾ ਤੋ ਪੈਕਿੰਗ ਵੀ ਕਿਆ ਚੱਲ ਆਇਆ ਹੁਣ ਸਾਲੇ ਇੱਧਰ ਲੈ ਕੋਈ ਕਿ ਹਾਂ ਕਾ ਕੇ ਦੇ ਦੇ ਓ ਨਾਈਸ ਵਾਓ कपड़िया मैच करके लिया Yes, it's a play, yeah.